पटना हिले जिला हिले वो हिले लाऊंगा। सत श्री अकाल जी, गेर मार के अजी घर बहुत वधिया बनाया, मजा आ गया। लटनिया वालिया नहीं कोई दिवाली वगैरह मनानी अज? ਪਾਸਾ ਛੋੜੀ ਛੋੜੀ ਐ ਚੀਜ਼ਾਂ ਚੋਂ ਪਰ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰੀ ਦੀ ਐ। ਓਹ ਬਈ ਠੀਕ ਐ। ਇਹ ਕੌਣ ਐ? ਅੱਛਾ ਅੱਛਾ, ਇਹ ਤਾਂ ਮਲਕੀਤ ਭਾਜੀ ਨੇ, ਸਾਫ ਦੇ ਪਿੰਡ ਦੇ ਡਰਾਈਵਰ। ਲੱਗਦਾ ਅੱਜ ਰੌਣਕ ਲੱਗਣਗੀ ਆ। ਉਹ ਤੁਸੀਂ ਤਾਂ ਇਹਨਾਂ ਲੈਟਾਂ 'ਤੇ ਖੁਸ਼ੀ ਲੱਭਦੇ ਆ। ਉਹ ਅੱਜ ਤਾਂ ਬੱਸ 'ਚ ਬੈਠੀ ਤਾਂ ਮਾਰੀ ਦੀ ਸਾਰਾ ਪਾਈ ਦਾ ਗੇਰ। ਉਹ ਗਈ ਬਸ, ਗੇਰ ਬਦਲ ਬਦਲ ਕੇ ਸਾਡੀਆਂ ਖੁਸ਼ੀਆਂ ਸ਼ੁਰੂ। ਨਾ ਇੱਕ ਗੱਲ ਦੱਸ। ਹਾਂਜੀ। ਆ ਗੇਰ ਪਾ ਕੇ ਗੇਰ ਬਦਲ ਕੇ ਇਹ ਕੀ ਹੁੰਦਾ? ਉਹ ਜਨਾਬ, ਜੇ ਗੇਅਰ ਬਦਲੂੰਗਾ ਤਾਂ ਹੀ ਮੇਰੀ ਗੱਡੀ ਅੱਗੇ ਵਧੂ। ਇਹ ਗੱਲ ਤਾਂ ਠੀਕ ਹੈ। ਭਾਬੀ ਜੀ ਦੇ ਬੱਚੇ ਕਿਤੇ ਦਿਖਾਈ ਨਹੀਂ ਦੇ ਰਹੇ। ਬੱਚੇ ਬਾਹਰ ਪੜ੍ਹਦੇ ਆ। ਹਾਂਜੀ। ਅਤੇ ਭਾਬੀ ਤੁਹਾਡੀ ਕਿੱਡੀ ਪਾਰਟੀਆਂ ਮੀਟਿੰਗਾਂ, ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਦੀਆਂ ਜਨਾਨੀਆਂ ਦਾ ਹਾਲ। ਉਹ ਜਨਾਬ, ਸਾਡੀ ਘਰ ਵਾਲੀ ਪੰਮੀ ਨਾ ਪੁੱਛੇ ਲੰਘ ਕੇ ਤਾਂ ਥਕਾਵੇ ਇੱਕ ਵਾਰੀ। ਕੁੱਟ ਕੁੱਟ ਕੇ ਬਣਾਉਂਦਾ ਮੋਰਨੀ, ਨਾਲੇ ਮੈਂ ਬਦਲਦਾ ਗੇਅਰ, ਜਿੱਥੇ ਵੀ ਜਾਓ ਪੁੱਛ ਕੇ ਜਾਊ। ਚੱਲ ਹੁਣ ਐਂ ਦੱਸ, ਚਾਹ ਪੀਏਗਾ ਕਿ ਕੌਫੀ? ਨਹੀਂ, ਚਾਹ ਤਾਂ ਕਾਫੀ ਪੀ ਲਾਂਗੇ। ਮਤਲਬ? ਉਹ ਜੀ ਮਾਲ ਪੱਤਾ ਖਾਣਾ ਫਿਰ ਚਾਹ ਨਹੀਂ ਹਜਮ ਕਰਨਾ। ਨਹੀਂ ਵੀ ਠੀਕ ਹੈ। ਮੇਜਰ ਜੀ ਸਾਹਿਬ ਇੱਧਰ ਆਈ। ਜੀ ਸਾਹਿਬ ਐ ਕਰੀ, ਕਾਫੀ ਸਾਰੀ ਚਾਹ ਲੈ ਕੇ ਆ। ਇਹ ਸਾਰੀ ਚਾਹ? ਉਹ ਮੈਂ ਕਹਿੰਦਾ ਚਾਹ ਲਿਆ। ਅੱਛਾ, ਜ਼ਿਆਦਾ। ਆਹਾ ਮੇਜਰ ਹੈ ਜੀ। ਉਹ ਮੈਂ ਕਹਿੰਦਾ ਤੁਸੀਂ ਫੌਜ ਵਾਲਾ ਮੇਜਰ ਰੱਖਿਆ। ਉਹ ਨਹੀਂ ਨਹੀਂ ਆਪਣਾ ਨੌਕਰ ਹੈ ਮੇਜਰ, ਨਾ ਇਹਦਾ ਮੇਜਰ, ਇਹ ਕੰਮ ਇਹਦੇ ਮਾਈਨਰ ਵਾਲਾ ਹੀ ਹੈ। ਨਾ ਮਲਕੀਤ ਸਿੰਘ ਗੱਲ ਦੱਸ। ਹਾਂਜੀ। ਤੂੰ ਡਰਾਈਵਰੀ ਲੈਣ 'ਚ ਕਿੱਦਾਂ ਆ ਗਿਆ? ਤੈਨੂੰ ਬਚਪਨ ਤੋਂ ਸ਼ੌਕ ਸੀ? ਉਹ ਸ਼ੌਕ ਸ਼ੌਕ ਤਾਂ ਕੋਈ ਨਹੀਂ ਸੀ ਡਰਾਈਵਰੀ ਦਾ। ਮੇਰੇ ਘਰ ਵਾਲੇ ਕਹਿੰਦੇ ਸੀ ਇਹ ਬੜਾ ਕੋਈ ਡਰਾਈਵਰ ਬਣੂੰਗਾ। ਨਾ ਤੇਰੇ ਘਰਦਿਆਂ ਨੂੰ ਕਿੱਦਾਂ ਪਤਾ ਲੱਗਿਆ ਕਿ ਤੂੰ ਡਰਾਈਵਰੀ ਬਣੇਗਾ? ਉਹ ਗੱਲ ਦਰਅਸਲ ਇੱਦਾਂ, ਜਦੋਂ ਮੈਂ ਗੇਅਰ ਬਦਲ ਕੇ ਬੜਾ ਹੋਇਆ ਤਾਂ ਜਦੋਂ ਮੈਂ ਪਹਿਲਾਂ ਲਫ਼ਜ਼ ਬੋਲਿਆ ਉਹ ਗਾਲ ਏ ਕੱਢੀ। ਡਰਾਈਵਰੀ 'ਚ ਗਾਲ ਕੱਢਣ ਦਾ ਕੋਈ ਮਤਲਬ ਜ਼ਰੂਰੀ ਹੈ ਕੁਛ? ਜਨਾਬ, ਬਿਨਾਂ ਗਾਲ ਕੱਢੇ ਤਾਂ ਗੇਅਰ ਨਹੀਂ ਬਦਲ ਹੁੰਦਾ। ਕੋਈ ਉੱਧਰੋਂ ਆ ਗਿਆ, ਕੋਈ ਉੱਧਰੋਂ ਆ ਗਿਆ, ਸਭ ਨੂੰ ਜੀ ਗੇਅਰ ਬਦਲ ਕੇ ਗਾਲ ਕੱਢਣੀ ਪੈਂਦੀ ਹੈ। ਨਾ ਮਿੱਠਾ ਠੀਕ ਹੈ? ਮਿੱਠਾ ਠੀਕ ਹੈ ਜੀ, ਹੁਣ ਚਾਹ ਮੰਗਾ ਲਓ। ਉਹ ਮੇਜਰ, ਉਹ ਰਹਿਣ ਦੀ ਰਹਿਣ ਦੋ, ਮੈਂ ਤਾਂ ਮਜ਼ਾਕ ਕਰਦਾ ਜੀ। ਤੁਹਾਡੇ ਸ਼ਹਿਰੀਆਂ ਦੀ ਚਾਹ ਮੈਨੂੰ ਪਤਾ ਕਿੰਨੀ ਹੁੰਦੀ ਹੈ ਗੇਅਰ ਬਦਲ ਕੇ। ਮੈਂ ਕਹਿੰਦਾ ਡਰਾਈਵਰ ਤਾਂ ਇੰਨੀ ਕੁ ਚਾਹ ਆਪਣੇ ਗਲਾਸ 'ਚ ਜੁੱਠੀ ਛੱਡ ਦਿੰਦੇ ਆ। ਉਹ ਤਾਂ ਹੈ ਜੀ ਗੇਅਰ ਬਦਲ ਕੇ। ਨਹੀਂ ਗੱਲ ਦੱਸ ਮਲਕੀਤ ਸਿੰਘ। ਹਾਂਜੀ। ਤੇਰੀ ਕੁਆਲੀਫਿਕੇਸ਼ਨ ਕਿੰਨੀ ਹੈ? ਕਾਹਲੀ ਕਾਹਲੀ ਨਾਲ ਤਾਂ ਸਾਡਾ ਕੰਮ ਚੱਲਦਾ ਜੀ ਗੇਅਰ ਬਦਲ ਕੇ। ਗੱਡੀ ਸਾਨੂੰ ਖਿੱਚਣੀ ਪੈਂਦੀ ਹੈ ਅਤੇ ਟਾਈਮ ਚੱਕਣਾ ਪੈਂਦਾ, ਕਦੀ ਉੱਧਰੋਂ ਸਵਾਰੀ ਚੱਕ, ਉੱਧਰੋਂ ਸਵਾਰੀ ਚੱਕ, ਇੰਨਾ ਕਦੀ ਉਹ ਟਾਈਮ ਚੱਕੋ, ਕਦੀ ਉਹ ਟਾਈਮ ਚੱਕੋ ਜੀ ਬਸ। ਉਹ ਨਹੀਂ ਨਹੀਂ ਹਾਂਜੀ, ਮੈਂ ਪੁੱਛਦਾ ਕੁਆਲੀਫਿਕੇਸ਼ਨ ਪੜ੍ਹਿਆ ਕਿੰਨਾ? ਪੜ੍ਹਿਆ ਜੀ, ਪੜ੍ਹਿਆ ਤਾਂ ਮੈਂ ਦੁਪਹਿਰ ਤੱਕ ਹੈ ਗੇਅਰ ਬਦਲ ਕੇ। ਦੁਪਹਿਰ ਤੱਕ? ਹਾਂਜੀ ਹਾਂਜੀ। ਇਹਦਾ ਕੀ ਮਤਲਬ? ਉਹ 10 ਵਜੇ ਬਾਪੂ ਮੈਨੂੰ ਸਕੂਲ ਛੱਡਣ ਚਲੇ ਗਿਆ। 10 ਤੋਂ ਪਹਿਲਾਂ ਤਾਂ ਉਹ ਘਰ ਦਾ ਕੰਮ ਕਰਾਈ ਜਾਂਦਾ ਸੀ। ਓਹੋ। ਫਿਰ ਮੈਂ ਔਖਾ ਸੌਖਾ ਘੰਟਾ ਕੁ ਕੱਟ ਲਿਆ ਗੇਅਰ ਬਦਲ ਕੇ। ਓਕੇ। ਫਿਰ ਘੰਟਾ ਕੁ ਜਿਹੜਾ ਮੈਡਮ ਨੇ ਕਟਾ ਦਿੱਤਾ ਮੇਰਾ, ਮੈਂ 12 ਵਜੇ ਚਿੱਤ ਚੱਕ ਕਾਲਾ ਪਿਆ ਤੇ ਮੈਂ ਭੱਜ ਗਿਆ। ਮੁੜ ਕੇ ਮੈਂ ਕਦੇ ਸਕੂਲ ਕਹਿੰਦੀ ਗੇਅਰ ਬਦਲ ਕੇ ਨਹੀਂ ਵੜਿਆ। ਸਭ ਤੁਹਾਡੀ ਦਵਾਈ ਯਾਰ ਲੈ ਜਾ ਇਹਨੂੰ। ਲੇਕਿਨ ਸਰ ਮੈਡਮ ਨੇ ਕਿਹਾ ਸੀ ਕਿ ਟਾਈਮ ਤੇ। ਓ ਯਾਰ ਇਹਦੀਆਂ ਗੱਲਾਂ ਸੁਣ, ਦੇਖ ਕਿੰਨੀਆਂ ਸੋਹਣੀਆਂ ਗੱਲਾਂ ਕਰਦਾ, ਇਹਦੀਆਂ ਗੱਲਾਂ ਅੱਗੇ ਕੋਈ ਦਵਾਈ ਦੀ ਲੋੜ ਹੈ ਕਿਤੇ? ਲੈ ਜਾ। ਹਾਸੇ ਨਾਲ ਕਹਿ ਮੈਂ ਜਵਾਨੀ ਦੋਸਤੋ, ਹਾਸਾ ਹੁੰਦਾ ਸਿਹਤ ਦੀ ਨਿਸ਼ਾਨੀ ਦੋਸਤੋ। ਉਹ ਸਮਝਿਆ ਕੁਛ ਗੇਅਰ ਬਦਲ ਕੇ? ਇਹਨੇ ਕੀ ਬਦਲਣਾ? ਉਹ ਨਿਆਣਾ ਜੀ। ਚੱਲ ਹੁਣ ਐਂ ਦੱਸ। ਹਾਂਜੀ। ਤੂੰ ਡਰਾਈਵਰੀ ਕਿਤੋਂ ਸਿੱਖੀ? ਕੋਈ ਗੁਰੂ ਧਾਰਿਆ ਕਿਤੋਂ ਟ੍ਰੇਨਿੰਗ ਲਈ ਕਿ ਨਹੀਂ? ਉਹ ਨਹੀਂ, ਟ੍ਰੇਨਿੰਗ ਵਗੈਰਾ ਕੁਛ ਨਹੀਂ ਲਈ। ਅੱਛਾ। ਇਹ ਤਾਂ ਮੈਂ ਵੈਸੇ ਡਰਾਈਵਰ ਬਣ ਗਿਆ। ਉਹ ਗੱਲ ਇੱਦਾਂ ਹੋਈ ਦਰਅਸਲ, ਰਾਤ ਨੂੰ ਖਾਧਾ ਪੀਤਾ ਘੱਟ ਵੱਧ ਹੋ ਗਿਆ, ਢਿੱਡ ਕਰੀ ਗਿਆ ਝਾਉ ਮਾਉ ਜਿਹਾ, ਨਾ ਨੀਂਦ ਆਵੇ, ਨਾ ਕਦੀ ਮੈਂ ਇੱਧਰ ਨੂੰ ਆਵਾਂ ਕਦੀ ਉੱਧਰ ਆਵਾਂ। ਫਿਰ ਮੈਂ ਚਲੋ ਉੱਠ ਕੇ ਮਾੜਾ ਬਾਹਰ ਸੈਰ ਕਰਿਆ ਨੇ। ਸੈਰ ਕਰਨ ਜਦੋਂ ਮੈਂ ਗਿਆ ਮੇਰੇ ਮਗਰ ਪੈ ਗਿਆ ਕੁੱਤਾ। ਮੈਂ ਭਾਜੀ ਮੈਂ ਡਰਦਾ ਸ਼ੇਰ ਤੋਂ ਵੀ, ਮਤਲਬ ਭਲਾ ਕੁੱਤਾ ਟੀਕੇ ਬਹੁਤ ਲੱਗਦੇ ਕੁੱਤੇ ਦੇ ਵੱਡੇ ਦੇ, ਪਰ ਲੋਕ ਕਹਿੰਦੇ ਆ ਗਿਆ ਕੁੱਤੇ ਦਾ ਵੱਡੇ। ਤਾਂ ਉਦੋਂ ਮੇਰਾ ਗੇਅਰ ਬਦਲ ਹੋ ਗਿਆ ਭਾਜੀ, ਮੈਂ ਭੱਜ ਗਿਆ।
ਭੱਜਦਾ ਭੱਜਦਾ ਮੈਂ ਬੱਸ ਚੜ੍ਹ ਗਿਆ। ਪਤਾ ਨਹੀਂ ਕਿਵੇਂ ਬੱਸ ਸਟਾਰਟ ਹੋਈ, ਕਿਵੇਂ ਨਾ ਗੇਅਰ ਪੈ ਗਿਆ। ਮੈਂ ਪੂਰੇ 500 ਮੀਟਰ ਬੱਸ ਚਲਾਇਆ। 500 ਮੀਟਰ? ਹਾਂਜੀ। ਇੰਨਾ ਕੁ ਚਲਾਉਣਾ ਡਰਾਈਵਰ ਬਣ ਗਿਆ? ਹਾਂਜੀ ਹਾਂਜੀ। ਉਹ ਤਾਂ ਮੈਂ ਬੱਸ ਚਲਾ ਕੇ ਜਦੋਂ ਘਰ ਆ ਕੇ ਸੋ ਗਿਆ, ਸਵੇਰੇ ਉੱਠਿਆ, ਅਖਬਾਰ ਚੱਕਿਆ, ਅਖਬਾਰ 'ਚ ਖਬਰ ਆਈ ਗੇਅਰ ਬਦਲ ਕੇ ਜੀ, ਬਈ ਕਣ ਪਛਾਤੀ ਬੱਸ ਨੇ 20 ਕਾਰਾਂ ਨੂੰ ਟੱਕਰ ਮਾਰੀ, 20 ਮੋਟਰਸਾਈਕਲ ਮਾਰੇ। ਉਹ ਮੈਂ ਕਿਹਾ ਤਾਂ ਮੈਂ ਹੀ ਸੀ। ਉਦੋਂ ਹੀ ਮੇਰੇ ਘਰ ਦੀ ਬੈੱਲ ਵੱਜ ਗਈ। ਉਹ ਤਾਂ ਦੇਖਿਆ ਉਹ ਬੱਸ ਦੇ ਮਾਲਕ ਦੋ ਬੰਦੇ ਉਹਦੇ ਹੋਰ ਨਾਲ, ਮੈਂ ਹੁਣੇ ਮੇਰਾ ਗੇਅਰ ਬਦਲਣਗੇ। ਮੈਂ ਹਾਂਜੀ ਦੱਸੋ। ਕਹਿੰਦੇ ਜੀ ਉਹ ਬੱਸ ਤੁਸੀਂ ਚਲਾਈ ਤੀ? ਮੈਂ ਮੁੱਕਰਦਾ ਤਾਂ ਉਹਦਾ ਨਾਲੇ ਸਾਰੀਆਂ ਫੋਟੋਆਂ ਚੱਕੀ ਫਿਰਦੇ ਸੀ। ਮੈਂ ਕਿਹਾ ਜੀ ਹਾਂਜੀ ਮੈਂ ਚਲਾਈ ਤੀ। ਬੱਸ ਦਾ ਮਾਲਕ ਕਹਿੰਦਾ ਜਿਹੋ ਜਿਹੀ ਬੱਸ ਤੂੰ ਚਲਾਈ, ਇਹ ਜੀ ਕੋਈ ਨਹੀਂ ਚਲਾ ਸਕਦਾ। ਆਹ ਫੜ ਬੱਸ ਦੀ ਚਾਬੀ, ਅੱਜ ਇਸ ਬੱਸ ਦੇ ਕਿ ਤੂੰ ਬਦਲਨੇ। ਉਹ ਯਾਰ ਤੂੰ ਫੇਰ ਆ ਗਿਆ। ਸਾਹਿਬ ਤੁਹਾਡਾ ਫੋਨ, ਤੁਹਾਡੀ ਮੀਟਿੰਗ ਸੀਗੀ ਤੇ ਅੱਧਾ ਘੰਟਾ ਉੱਪਰ ਵੀ ਹੋ ਗਿਆ। ਉਹ ਛੱਡ ਯਾਰ ਮੀਟਿੰਗ ਨੂੰ, ਆ ਫੋਨ ਵੀ ਇੱਥੇ ਰੱਖ, ਨਾਲੇ ਬਹਿ ਜਾ, ਦੇਖ ਕਿੰਨੀਆਂ ਸੋਹਣੀਆਂ ਗੱਲਾਂ ਕਰਦਾ। ਬਹਿ ਜਾ। ਉਹ ਬਹਿ ਜਾ, ਤੂੰ ਵੀ ਸਿੱਖ ਲੈ ਜ਼ਿੰਦਗੀ ਦੇ ਗੇਅਰ ਬਦਲਨੇ। ਯਾਰ ਇੱਕ ਹੋਰ ਸਵਾਲ ਆ ਰਿਹਾ ਮੇਰੇ ਦਿਮਾਗ 'ਚ। ਹਾਂਜੀ। ਜਦੋਂ ਤੂੰ ਡਰਾਈਵਰੀ ਕਰਦਾ ਹੁੰਦਾ, ਗੱਡੀ ਚਲਾਉਂਦਾ ਹੁੰਦਾ, ਤਾਂ ਕੀ ਚੀਜ਼ ਦੇਖਦਾ? ਬਸ ਜੀ ਟਾਈਮ। ਘੜੀ ਤਾਂ ਬੰਨੇ ਨੀ ਹੱਥ 'ਚ? ਤੁਸੀਂ ਘੜੀ ਦਾ ਟਾਈਮ ਦੀ ਗੱਲ ਕਰਦੇ ਹੋ ਜੀ, ਉਹ ਅਸੀਂ ਆਪਣੇ ਟਾਈਮ ਦੀ ਗੱਲ ਕਰਦੇ ਵੀ ਇੰਨੇ ਵਜੇ ਅਸੀਂ ਬੱਸ ਆਪਣੇ ਅੱਡੇ ਪਹੁੰਚਾ ਦੇਣੀ, ਤਾਂ ਵੀ ਸਾਡਾ ਸਵਾਰੀ ਨੂੰ ਕੋਈ ਦੂਸਰੀ ਸਵਾਰੀ ਨਾ ਲੈ ਜਾਵੇ ਬੱਸ ਚੱਕ ਕੇ। ਚੱਲ ਪਰ ਐਂ ਦੱਸ, ਗੱਡੀ ਚਲਾਉਣ ਤੋਂ ਪਹਿਲਾਂ ਕੋਈ ਰੱਬ ਦਾ ਨਾਂ, ਕੋਈ ਧੂਫ ਅਗਰਬੱਤੀ ਕਰਦਾ? ਨਹੀਂ ਨਹੀਂ, ਇਹ ਤਾਂ ਸਾਡੀਆਂ ਸਵਾਰੀਆਂ ਬੱਸ 'ਚ ਬੈਠ ਕੇ ਰੱਬ ਨੂੰ ਯਾਦ ਕਰਦੀਆਂ। ਸਾਡਾ ਕੰਮ ਨੀ ਹੈ। ਤੁਸੀਂ, ਮੈਂ ਕਹਿੰਦਾ ਦੁਨੀਆਂ ਤੇ ਜਿਹੜਾ ਵੀ ਬੰਦਾ ਕਹਿੰਦਾ ਮੈਂ ਰੱਬ ਨੂੰ ਨਹੀਂ ਮੰਨਦਾ, ਚਾਹੇ 100 ਕਿਸਮਾਂ ਕਰਕੇ ਕਹਿੰਦੇ ਮੈਂ ਨਹੀਂ ਮੰਨਦਾ, ਇੱਕ ਵਾਰ ਮੇਰੀ ਬੱਸ 'ਚ ਬਿਠਾਓ ਮਹਾਰਾਜ, ਰਾਮ ਰਾਮ ਕਰਕੇ ਉਧਰੂ। ਅਸਲੀ ਅਮੀਰ ਤਾਂ ਇਹ ਆਦਮੀ ਆ ਜਿਹੜਾ ਸਾਡੇ ਸਾਹਿਬ ਨੂੰ ਹਾਸਿਆਂ ਦੀ ਦੌਲਤ ਦੇ ਗਿਆ। ਅੱਜ ਕਿੰਨੇ ਚਿਰਾਂ ਬਾਅਦ ਆਪਣੇ ਸਾਹਿਬ ਨੂੰ ਏਦਾਂ ਹੱਸਦੇ ਹੋਏ ਦੇਖਿਆ। ਤੁਸੀਂ ਨਾ ਇੱਦਾਂ ਸਾਡੇ ਘਰ ਆਉਂਦੇ ਰਹਿ ਕਰੋ ਤੇ ਇੱਦਾਂ ਸਾਡੇ ਸਾਹਿਬ ਨੂੰ ਹਸਾਉਂਦੇ ਰਹਿ ਕਰੋ, ਕਿਆ ਪਤਾ ਸਾਡੇ ਸਾਹਿਬ ਦਾ ਵੀ ਗੇਅਰ ਬਦਲ ਜਾਏ। ਨਾ ਹੁਣ ਤੂੰ ਸਾਡਾ ਗੇਅਰ ਚੇਂਜ ਕਰੇਗਾ।